ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਗੁਰੂ ਪਿਆਰਿਓ ਹੇਮਕੁੰਡ ਸਾਹਿਬ ਦੀ ਯਾਤਰਾ ਸ਼ੁਰੂ ਕੀਤੀ ਆ 11 ਜੂਨ 2022 ਅਤੇ ਦਾਸ ਨਿਸ਼ਾਨ ਸਿੰਘ ਨਾਲ ਸਾਡੇ ਪਰਮ ਮਿੱਤਰ ਨੇ ਭਾਈ ਹਰਦੀਪ ਸਿੰਘ ਅਤੇ ਦੋਵੇਂ ਜਣੇ ਜਾ ਰਹੇ ਹਾਂ ਅਤੇ ਇੱਕ ਘੰਟਾ ਲਗਭਗ 1.5 ਘੰਟਾ ਹੋ ਗਿਆ ਸਾਨੂੰ ਤੁਰਿਆਂ ਨੂੰ ਅਤੇ ਅੰਬਾਲੇ ਪਹੁੰਚ ਗਏ ਸਰਾਭੇ ਤੋਂ ਤੁਰ ਕੇ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਤੋਂ ਤੁਰ ਕੇ ਅਤੇ ਹੁਣ ਤੱਕ ਤਾਂ ਵਧੀਆ ਸਫ਼ਰ ਬਹੁਤ ਤੇਜ਼ੀ ਨਾਲ ਨਿਕਲਿਆ ਅਤੇ ਸਾਡੀ ਕੋਸ਼ਿਸ਼ ਆ ਵੀ ਰਿਸ਼ੀਕੇਸ਼ ਸਟੋਪ ਕਰੀਏ ਪਰ ਜਿੱਦਾਂ ਦਾ ਸਾਨੂੰ ਲੱਗ ਰਿਹਾ ਵੀ ਅਸੀਂ ਸ਼ਾਇਦ ਅੱਜ ਰਿਸ਼ੀਕੇਸ਼ ਵੀ ਟੱਪ ਜਾਈਏ ਗੋਬਿੰਦ ਘਾਟ ਪਹੁੰਚ ਜਾਈਏ ਜੇ ਹਿੰਮਤ ਮਾਰੀਏ। ਬਾਕੀ ਦੇਖੋ ਗੁਰੂ ਸਾਹਿਬ ਦੀ ਕੀ ਮਰਜ਼ੀ ਆ ਕੀ ਇੱਛਾ ਮਹਾਰਾਜ ਕਿਰਪਾ ਕਰਨਗੇ ਫਿਰ ਅੱਗੇ ਅਪਡੇਟ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹੁੰਚ ਚੁੱਕੇ ਹਾਂ ਜੀ ਲਗਭਗ ਸਵੇਰ ਦੇ 8 ਵੱਜਣ ਵਾਲੇ ਆ 7:30 ਅਸੀਂ ਇੱਥੇ ਪਹੁੰਚੇ ਹਾਂ। ਇਹ ਹੈਗਾ ਸਰਸਾਵਾ ਦਾ ਟੋਲ ਪਲਾਜ਼ਾ ਉਹਦੇ ਨੇੜੇ ਮਾਨਵ ਵੈਸ਼ਨੋ ਢਾਬਾ। ਜ਼ਿਆਦਾਤਰ ਯਾਤਰੀ ਇੱਥੇ ਰੁਕਦੇ ਆ ਕੇ ਅਤੇ ਦੀਪ ਸਿੰਘ ਹੁਣੀ ਪਰੌਂਠੇ ਛੱਕ ਰਹੇ ਆ ਮੈਂ ਆਪਣੇ ਛੱਕ ਚੁੱਕਿਆ ਬਸ ਚਾਹ ਪੀ ਕੇ ਅੱਗੇ ਰਿਸ਼ੀਕੇਸ਼ ਦੀ ਤਿਆਰੀ ਆ ਅਤੇ ਸਾਡਾ ਅੰਦਾਜ਼ਾ ਹੈਗਾ ਵੀ 10:30-11 ਵਜੇ ਤੱਕ ਅਸੀਂ ਰਿਸ਼ੀਕੇਸ਼ ਪਹੁੰਚ ਜਾਵਾਂਗੇ। ਯਾਤਰਾ ਬਾਰੇ ਪਲੈਨ ਕਰਾਂਗੇ ਜਾਣਾ ਗੋਬਿੰਦ ਘਾਟ ਬਾਕੀ ਸਭ ਵਧੀਆ। ਕਿਵੇਂ ਹਨੀ ਲੈਣਾ ਪਰੌਂਠਾ ਹੋਰ ਪਰੌਂਠੇ ਲੈਣੇ ਹੋਰ ਦੇਖ ਲਾ ਚਲੋ ਰਿਸ਼ੀਕੇਸ਼ ਜਾ ਕੇ ਛੱਕ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਅੱਜ ਅੰਮ੍ਰਿਤ ਵੇਲੇ 3 ਵਜੇ ਪ੍ਰਾਰੰਭ ਕੀਤੀ ਸੀ ਸੋ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਪ੍ਰੋਗਰਾਮ ਬਣਾਇਆ ਸੀ ਰਿਸ਼ੀਕੇਸ਼ ਰਾਤ ਰੁਕਣਾ 300 ਕਿਲੋਮੀਟਰ 'ਤੇ ਫਿਰ ਅੱਗੇ 270 ਕਿਲੋਮੀਟਰ ਗੋਬਿੰਦ ਘਾਟ ਤੱਕ ਦੂਜਾ ਪੜਾਅ ਸੀ ਸਾਡਾ ਪਰ ਫਿਰ ਰਿਸ਼ੀਕੇਸ਼ ਅਸੀਂ ਲਗਭਗ 11:30 ਵਜੇ ਪਹੁੰਚ ਗਏ ਸੀ ਬਹੁਤ ਸਮਾਂ ਸਾਡੇ ਕੋਲ ਬਾਕੀ ਸੀ ਉੱਥੇ ਫਿਰ ਅਸੀਂ ਰੁਕੇ ਨਹੀਂ ਥੋੜ੍ਹਾ ਜਿਹਾ ਸਮਾਂ ਉੱਥੇ ਰੁਕ ਕੇ ਅਤੇ 12:30 ਵਜੇ ਚਾਲੇ ਪਾਏ ਰਿਸ਼ੀਕੇਸ਼ ਤੋਂ ਚੱਲ ਕੇ ਅੱਗੇ ਦੇਵ ਪ੍ਰਯਾਗ ਸ਼੍ਰੀਨਗਰ ਤੋਂ ਹੁੰਦਿਆਂ ਹੋਇਆ ਅੱਗੇ ਹੁਣ ਰੁਦਰ ਪ੍ਰਯਾਗ ਵੱਲ ਨੂੰ ਜਾ ਰਹੇ ਸਾਂ ਮੌਸਮ ਖਰਾਬ ਹੋ ਗਿਆ ਮੀਂਹ ਪੈਣ ਕਰਕੇ ਯਾਤਰਾ ਫਿਰ ਉੱਥੇ ਰੁਕਣੀ ਪਈ ਇੱਥੇ ਬੇਰ ਵਾਲੇ ਸੰਤਾਂ ਦਾ ਬਾਬਾ ਬੇਅੰਤ ਸਿੰਘ ਹੋਣਾ ਦਾ ਸਥਾਨ ਬਣਾਇਆ ਹੋਇਆ ਸੋ ਰਿਹਾਇਸ਼ ਦਾ ਲੰਗਰ ਦਾ ਯਾਤਰੀਆਂ ਵਾਸਤੇ ਸਾਰਾ ਪ੍ਰਬੰਧ ਕੀਤਾ ਹੋਇਆ ਉਹਨਾਂ ਨੇ ਬੜਾ ਵਧੀਆ ਸੋ ਉੱਥੇ ਅੱਜ ਦਾ ਜਿਹੜਾ ਵਿਸ਼ਰਾਮ ਆ ਉਹ ਸਿੰਘਾਲ ਦੇ ਵਿੱਚ ਕਰਾਂਗੇ ਅਤੇ ਫਿਰ ਕੱਲ੍ਹ ਨੂੰ 111 ਕਿਲੋਮੀਟਰ ਦੇ ਲਗਭਗ ਗੋਬਿੰਦ ਘਾਟ ਇੱਥੋਂ ਰਹਿ ਗਿਆ ਅਤੇ ਕੱਲ੍ਹ ਨੂੰ ਜੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਸਮੇਂ ਸਿਰ ਗੋਬਿੰਦ ਘਾਟ ਪਹੁੰਚ ਗਏ ਤਾਂ ਫਿਰ ਤੁਰ ਕੇ ਜਿਹੜੀ ਚੜ੍ਹਾਈ ਅੱਗੇ ਯਾਤਰਾ ਗੋਬਿੰਦ ਧਾਮ ਵੱਲ ਨੂੰ ਹੈ ਉਹ ਅਸੀਂ ਫਿਰ ਸ਼ੁਰੂ ਕਰਾਂਗੇ। ਸਤਿਗੁਰੂ ਸਾਹਿਬ ਜੀ ਕਿਰਪਾਲਤਾ ਕਰਨ ਮੌਸਮ ਵਧੀਆ ਰਹੇ ਜਾਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਅਤੇ ਆਪ ਸਭ ਦੀਆਂ ਸੀਸਾਂ ਦੇ ਨਾਲ ਸਤਿਗੁਰੂ ਮਹਾਰਾਜ ਦੇ ਪਾਵਨ ਸਥਾਨ ਦੇ ਪਾਵਨ ਦਰਸ਼ਨ ਦੀਦਾਰ ਜਿਹੜੇ ਆ ਉਹ ਸਾਨੂੰ ਪ੍ਰਾਪਤ ਹੋਣ ਔਰ ਆਪ ਦੀ ਸੰਗਤਾਂ ਨੂੰ ਵੀ ਅਸੀਂ ਕਰਾਈਏ ਸੋ